ਤਾਂ ਮੇਰੇ ਨਾਲ ਪਰਿਵਾਰਕ ਮੈਂਬਰ ਨੇ, ਰਿਸ਼ਤੇਦਾਰ ਨੇ, ਕਿਉਂਕਿ ਇਸ ਵੇਲੇ ਹੌਸਪੀਟਲ ਦੇ ਵਿੱਚ ਸੁਖਸੈਨ ਸਿੰਘ ਦਾ ਇਲਾਜ ਚੱਲ ਰਿਹਾ, ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭੈਣ ਜੀ, ਕੀ ਪੂਰਾ ਮਾਮਲਾ ਹੋਇਆ, ਕੀ ਔਰ ਤੁਹਾਡੇ ਕੀ ਰਿਸ਼ਤੇ ਦੇ ਵਿੱਚ ਲੱਗ ਰਿਹਾ? ਮੇਰੇ ਹਸਬੈਂਡ ਹੈਗੇ ਆ, ਹੋਇਆ ਕੁਛ ਵੀ ਨਹੀਂ, ਆਏ ਅੰਦਰ ਤੇ ਆ ਕੇ ਬੋਲਣ ਲੱਗ ਗਏ, ਬੈਸਣ ਲੱਗ ਗਏ, ਕੁਛ ਵੀ ਨਹੀਂ, ਬਸ ਫਾਇਰਿੰਗ ਸ਼ੁਰੂ ਕਰ ਦਿੱਤੀ, ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ। ਬੜੀ ਹੈਰਾਨੀ ਵਾਲੀ ਗੱਲ ਹੈ ਵੀ ਘਰ ਦੇ ਵਿੱਚ ਆ ਕੇ ਦਿਨ ਦਿਹਾੜੇ ਫਾਇਰਿੰਗ ਕੀਤੀ, ਜਿਮ ਚੱਲੇ ਕੋਈ ਗੱਲ ਹੀ ਨਹੀਂ ਹੈਗੀ ਸੀ, ਆ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਛੋਟੇ ਛੋਟੇ ਬੱਚੇ ਵੀ ਕੋਲ ਖੇਡਣੇ, ਹੁਣ ਉਹਨਾਂ ਦੀ ਸ਼ਰਮ ਨਹੀਂ ਕੀਤੀ ਵੀ ਜੇ ਨਿਆਣਿਆਂ ਨੂੰ ਲੱਗ ਜੇ ਤੇ। ਫੁਟੇਜ ਦੇ ਵਿੱਚ ਵੀ ਦੇਖ ਰਹੇ ਕਿ ਬੱਚੇ ਵਿਚਾਰੇ ਹੱਥ ਜੋੜ ਰਹੇ, ਬੱਚੇ ਵੀ ਰੋਈ ਜਾਂਦੇ, ਉਹਨਾਂ ਨੇ ਸੁਣਿਆ ਕਿਸੇ ਦਾ ਨਹੀਂ। ਤੁਹਾਨੂੰ ਕੋਈ ਕਿਸੇ ਤੇ ਕੋਈ ਸ਼ੱਕ ਜਾਂ ਪਹਿਲਾਂ ਕਦੇ ਕੋਈ ਫੋਨ ਤੇ ਕੋਈ ਤੰਗ ਨਹੀਂ ਹੈ? ਹੀ ਨਹੀਂ ਇਦਾਂ ਦੀ, ਮੇਰੇ ਹਸਬੈਂਡ ਬਹੁਤ ਜ਼ਿਆਦਾ ਵਧੀਆ, ਹਰ ਕਿਸੇ ਦੀ ਸੁਣਨ ਵਾਲੇ ਹੈਗੇ ਆ। ਇਹੋ ਜਿਹੀ ਕੋਈ ਇੰਡੀਆ ਕਦੋਂ ਆਏ ਸੀ? ਮੇਰਾ ਐਕਸੀਡੈਂਟ ਹੋਇਆ 4 ਤਰੀਕ ਨੂੰ ਤੇ 6 ਤਰੀਕ ਨੂੰ ਆਏ ਸੀ। ਉਸ ਤੋਂ ਕੀ ਇਸ ਵੇਲੇ ਉਹਨਾਂ ਦੀ ਹਾਲਤ ਕੀ ਹੈ, ਤੁਸੀਂ ਇੱਧਰ ਮਿਲ ਕੇ? ਹਲੇ ਡਾਕਟਰ ਨੂੰ MRI ਰਿਪੋਰਟ ਆਏਗੀ ਫਿਰ ਦੱਸਦੇ ਆ, ਹਜੇ ਕੁਝ ਨਹੀਂ ਦੱਸਿਆ। ਆਮ ਤੌਰ ਤੇ ਅਸੀਂ ਕਹਿੰਦੇ ਆ ਕਿ ਜਿਹੜੇ ਲੋਕ ਬਾਹਰ ਨਾ ਜਾਣ, ਪੰਜਾਬ 'ਚ ਰਹਿਣ, ਪਰ ਜਦੋਂ ਇਦਾਂ ਦੀ ਕੋਈ ਸੇਫ ਹੀ ਨਹੀਂ ਹੈਗਾ ਪੰਜਾਬ 'ਚ ਰਹਿ ਕੇ, ਕੀ ਕਰਨਗੇ? ਘਰ ਆ ਕੇ ਮਾਰਨ ਦੇ ਆ, ਹੁਣ ਅਸੀਂ ਆਪਣੇ ਘਰ ਸੇਫ ਹੈਗੇ ਆ, ਹੁਣ ਬੱਚੇ ਛੱਡੇ, ਪਤਾ ਨਹੀਂ ਪਿੱਛੋਂ ਬੱਚਿਆਂ ਨਾਲ ਕੀ ਹੋਣਾ, ਕੋਈ ਵੀ ਸੇਫ ਨਹੀਂ ਹੈਗਾ ਇੱਥੇ। ਹਰ ਰੋਜ਼ ਇਸੇ ਤਰ੍ਹਾਂ ਰੂਟੀਨ 'ਚ ਜਿਮ ਜਾਂਦੇ? ਹਾਂਜੀ, ਡੇਲੀ ਜਾਂਦੇ ਜਿਮ। ਸਰ, ਕੀ ਤੁਸੀਂ ਕਹਿਣਾ ਚਾਹੋਗੇ ਪੰਜਾਬ ਦੇ ਵਿੱਚ? ਅਸੀਂ ਅਕਸਰ ਕਹਿੰਦੇ ਹਾਂ ਕਿ ਜਿਵੇਂ ਇਹਨਾਂ ਨੇ ਵੀ ਜ਼ਿਕਰ ਕੀਤਾ ਕਿ ਉਹ ਵਿਦੇਸ਼ ਦੇ ਵਿੱਚ ਰਹਿ ਰਹੇ ਸੀ, ਪੰਜਾਬ ਆਪਣੇ ਘਰ ਆਉਂਦੇ ਨੇ ਤਾਂ ਇੱਦਾਂ ਹਮਲੇ ਦਾ ਸ਼ਿਕਾਰ? ਕਿਤੇ ਵੇਖਣ ਹੀ ਦੇ ਸਾਰਾ ਕੁਝ, ਇੱਦਾਂ ਦਾ ਹੋਣਾ ਨਹੀਂ ਚਾਹੀਦਾ ਜੋ ਪੰਜਾਬ 'ਚ ਹੋ ਜਾ। ਘਰ ਆਣ ਕੇ ਭੈਣ ਜੋ ਸਰੇਆਮ ਗੋਲੀਆਂ ਮਾਰਦੀਆਂ, ਇਹ ਚੰਗਾ ਇਹ ਕਰਕੇ ਨਹੀਂ ਗਾ, ਸੇਫ ਥੋੜ੍ਹਾ ਇੱਥੇ ਪੰਜਾਬ ਦੇ ਵਿੱਚ? ਭੱਜਦੇ ਕਿਉਂ ਬਾਹਰ, ਸਾਡੇ ਬੱਚੇ ਬਾਹਰ ਭੱਜਣ ਦੇ ਆ, ਸੇਫ ਹੀ ਕੋਈ, ਘਰ ਆਣ ਕੇ ਤਾਂ ਮਾਰਨ ਦੇ ਆ। ਬਿਲਕੁਲ ਸਰਬਜੋਤ, ਇਹ ਉਹਨਾਂ ਦੇ ਧਰਮ ਪਤਨੀ ਨੇ, ਤਾਂ ਇਹਨਾਂ ਦਾ ਪਿਛਲੇ ਕੁਝ ਦਿਨ ਪਹਿਲਾਂ ਐਕਸੀਡੈਂਟ ਹੁੰਦਾ ਹੈ, ਉਸ ਕਰਕੇ ਸੁਖਚੈਨ ਸਿੰਘ ਨੂੰ ਵਾਪਸ ਪਿੰਡ ਆਉਣਾ ਪੈਂਦਾ, ਪਰ ਇਹ ਕੋਈ ਨਹੀਂ ਸੀ, ਅਸੀਂ ਕਹਿ ਸਕਦੇ ਕਿ ਕਦੇ ਕੋਈ ਸੋਚ ਵੀ ਨਹੀਂ ਸਕਦਾ ਕਿ ਇਸ ਤਰੀਕੇ ਦੇ ਨਾਲ ਹਮਲੇ ਦਾ ਸ਼ਿਕਾਰ ਉਹਨਾਂ ਨੂੰ ਹੋਣਾ ਪਏਗਾ। ਬਿਲਕੁਲ, ਮੈਂ ਪਹਿਲਾਂ ਵੀ ਸਵਾਲ ਕੀਤਾ, ਇੱਕ ਵਾਰ ਫਿਰ ਪੁੱਛਣ ਦੀ ਕੋਸ਼ਿਸ਼ ਕਰਦਾ ਹਾਲੇ ਫਿਲਹਾਲ, ਕਿਉਂਕਿ ਉਹਨਾਂ ਨੂੰ ਬਾਰ ਬਾਰ ਰਿਸ਼ਤੇਦਾਰਾਂ ਦੇ ਫੋਨ ਵੀ ਆ ਰਹੇ ਨੇ, ਪਰ ਉਹਨਾਂ ਨੇ ਕਿਹਾ ਕਿ ਪਹਿਲਾਂ ਕਦੇ ਵੀ ਕੋਈ ਥ੍ਰੈਟ ਕਾਲ ਜਾਂ ਇਸ ਤਰੀਕੇ ਦੀ ਜਿਹੜੀ ਧਮਕੀ ਵਾਲੀ ਕਾਲ ਨਹੀਂ ਆਈ, ਤਾਂ ਹੋਰ ਵੀ ਰਿਸ਼ਤੇਦਾਰ ਨੇ ਆਈ ਹੈ, 4-5 ਮਹੀਨੇ ਪਹਿਲਾਂ ਕਾਲ ਆਈ ਆ, ਇਹਦਾ ਸਹੁਰਿਆਂ ਨਾਲ ਡਿਪਿਊਟ ਚੱਲਦਾ, ਜਿਹੜੇ ਪਹਿਲੀ ਜਨਾਨੀ ਇਹਦੀ ਮਰ ਗਈ ਆ। ਇਹ ਵੀ ਪੁਲਿਸ ਨੇ ਵੀ ਜ਼ਿਕਰ ਕੀਤਾ ਕਿ ਉਦੋਂ FIR ਕਰਵਾਈ ਸੀ, ਪਰ ਬਾਅਦ ਦੇ ਵਿੱਚ ਵੀ ਲਗਾਤਾਰ ਉਹਨਾਂ ਦੇ ਨਾਲ ਵਿਵਾਦ ਜਿਹੜਾ ਹਾਂ ਚੱਲ ਰਿਹਾ ਵਾ, ਸਾਨੂੰ 100% ਸ਼ੱਕ ਹੈ ਵੀ ਉਹਨਾਂ ਕਰਾਇਆ ਜੋ ਕਰਾਇਆ। ਤਾਂ ਬਿਲਕੁਲ, ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਜਿਸ ਤਰ੍ਹਾਂ ਪੁਲਿਸ ਅਧਿਕਾਰੀ ਵੀ ਦੱਸ ਰਹੇ ਸੀ ਕਿ ਪਹਿਲੀ ਜਿਹੜੀ ਪਤਨੀ ਜਿਸ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ, ਪਰ ਕਿਤੇ ਨਾ ਕਿਤੇ ਉਸਦੇ ਪਰਿਵਾਰ ਵਾਲਿਆਂ ਨੂੰ ਇਹ ਸ਼ੱਕ ਜ਼ਰੂਰ ਹੈ ਕਿ ਉਸਦੇ ਵਿੱਚ ਵੀ ਸ਼ਾਇਦ ਸੁਖਚੈਨ ਸਿੰਘ ਦਾ ਕੋਈ ਰੋਲ ਹੋਵੇ ਜਾਂ ਕੋਈ ਭੂਮਿਕਾ ਹੋਵੇ, ਤਾਂ ਪਰਿਵਾਰ ਦੇ ਰਿਸ਼ਤੇਦਾਰ ਜਿਹੜੇ ਨੇ, ਪਰਿਵਾਰਕ ਮੈਂਬਰ ਨੇ, ਉਹਨਾਂ ਨੂੰ ਸ਼ੱਕ ਜ਼ਰੂਰ ਹੈ ਉਹਨਾਂ ਲੋਕਾਂ 'ਤੇ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਇਨਵੈਸਟੀਗੇਸ਼ਨ ਕਰ ਰਹੇ ਹਾਂ, FIR ਦਰਜ ਕਰ ਲਈ ਗਈ ਹੈ, CCTV ਫੁਟੇਜ ਜਿਹੜੀ ਹੈ ਉਹ ਕਬਜ਼ੇ ਦੇ ਵਿੱਚ ਲੈ ਲਈ ਗਈ ਹੈ, ਪਰ ਜਦੋਂ ਤੱਕ ਸੁਖਚੈਨ ਸਿੰਘ ਦੀ ਜਿਹੜੀ ਹਾਲਤ ਹੈ ਉਹ ਸਟੇਬਲ ਨਹੀਂ ਹੁੰਦੀ, ਪੁਲਿਸ ਉਸਦੇ ਬਿਆਨ ਦਰਜ ਨਹੀਂ ਕਰ ਲੈਂਦੀ, ਉਦੋਂ ਤੱਕ ਜਿਹੜੀ ਅਗਲੀ ਕਾਰਵਾਈ ਜਾਂ ਅੱਗੇ ਬਾਰੇ ਅਸੀਂ ਜਿਹੜਾ ਸਪਸ਼ਟ ਤੌਰ 'ਤੇ ਕੁਝ ਨਹੀਂ ਕਹਿ ਸਕਦੇ, ਪਰ ਪਰਿਵਾਰ ਦਾ ਪਹਿਲਾ ਜਿਹੜਾ ਪ੍ਰਤੀਕਰਮ ਜਾਂ ਪਹਿਲਾਂ ਉਹਨਾਂ ਦਾ ਪੱਖ ਸਾਹਮਣੇ ਆਇਆ ਉਸਦੇ ਵਿੱਚ ਇਹੀ ਹੈ ਕਿ ਹਰ ਰੋਜ਼ ਦੀ ਤਰ੍ਹਾਂ ਸੁਖਚੈਨ ਸਿੰਘ ਜਿਮ ਦੇ ਲਈ ਘਰੋਂ ਨਿਕਲਦਾ ਹੈ ਔਰ ਰਸਤੇ ਦੇ ਵਿੱਚ 3 ਲੋਕ ਜਿਹੜੇ ਨੇ ਘੇਰ ਕੇ, ਔਰ ਇੱਕ ਗੱਡੀ ਦਾ ਜਿਹੜਾ ਬਾਰ ਬਾਰ ਜ਼ਿਕਰ ਹੋ ਰਿਹਾ, ਤਾਂ ਨਵੀਂ ਗੱਡੀ ਜਿਹੜੀ ਹੈ ਮਰਸਡੀਜ਼ ਗੱਡੀ ਜਿਸ ਦੀ ਕੀਮਤ ਲਗਭਗ 1.5 ਕਰੋੜ ਰੁਪਏ ਦੱਸੀ ਜਾ ਰਹੀ ਹੈ, ਤਾਂ ਉਸ ਨੂੰ ਲੈ ਕੇ ਵੀ ਕੋਈ ਨਾ ਕੋਈ ਜਿਹੜੇ ਗੱਲ ਕਹੀ ਜਾ ਰਹੀ ਹੈ, ਪਰ ਪੁਲਿਸ ਦਾ ਕਹਿਣਾ ਕਿ ਅਸੀਂ ਹਰ ਇੱਕ ਐਂਗਲ ਤੋਂ ਜਾਂਚ ਕਰਕੇ ਉਹਨਾਂ ਲੋਕਾਂ ਨੂੰ ਬੇਨਕਾਬ ਕਰਾਂਗੇ ਜਿਨ੍ਹਾਂ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਰ ਸਭ ਦੇ ਵਿਚਾਲੇ ਇੱਕ ਜਿਹੜੀ ਚੰਗੀ ਗੱਲ ਇਹ ਹੈ ਕਿ 2 ਗੋਲੀਆਂ ਸੁਖਚੈਨ ਸਿੰਘ ਦੇ ਲੱਗੀਆਂ ਨੇ, ਇੱਕ ਗੋਲੀ ਹਾਲਾਂਕਿ ਸਿਰ ਦੇ ਵਿੱਚ ਵੀ ਹੈ, ਪਰ ਪੁਲਿਸ ਦੇ ਮੁਤਾਬਕ ਉਹ ਗੋਲੀ ਜਿਹੜੀ ਹੈ ਸਿਰ ਦੇ ਉਸ ਹਿੱਸੇ ਦੇ ਵਿੱਚ ਨਹੀਂ ਲੱਗੀ ਜਿੱਥੇ ਕਿ ਬਹੁਤ ਜ਼ਿਆਦਾ
ਅਸੀਂ ਕਹਿ ਸਕਦੇ ਕਿ ਖਤਰਾ ਜਿਹੜਾ ਬਣ ਸਕਦਾ, ਪਰ ਫਿਰ ਵੀ ਜਦੋਂ ਤੱਕ ਹੋਸਪਿਟਲ ਦੇ ਵਿੱਚ ਉਹ ਜਿਹੜੇ ਇਲਾਜ ਨੇ ਜਦੋਂ ਤੱਕ ਤੰਦਰੁਸਤ ਹੋ ਕੇ ਬਿਆਨ ਉਹਨਾਂ ਦੇ ਸਾਹਮਣੇ ਨਹੀਂ ਆ ਜਾਂਦੇ ਉਦੋਂ ਤੱਕ ਅਸੀਂ ਤਾਂ ਮੈਮ ਬਿਲਕੁਲ ਉਹਨਾਂ ਦੇ ਧਰਮ ਪਤਨੀ ਦੇ ਮੁਤਾਬਕ ਹਲੇ MRI ਜਿਹੜੀ ਆ ਉਹ ਕਰਵਾਈ ਜਾ ਰਹੀ ਹੈ। ਹੋਰ ਵੀ ਅਸੀਂ ਗੱਲਬਾਤ ਕਰਦੇ ਮੈਮ, ਇਸ ਵੇਲੇ ਪੂਰੀ ਦੁਨੀਆ ਜਿਹੜੀ ਹੈ ਇਸ ਖਬਰ ਨੂੰ ਦੇਖ ਵੀ ਰਹੀ ਹੈ ਔਰ ਹਰ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਤੁਸੀਂ ਇੱਕ ਉਹਨਾਂ ਦੇ ਧਰਮ ਪਤਨੀ ਹੋ, ਤੁਹਾਨੂੰ ਇਸ ਵੇਲੇ ਇਸ ਹਾਲਾਤ ਨੂੰ ਦੇਖਦੇ ਕੀ ਇਸ ਵੇਲੇ ਲੱਗ ਰਿਹਾ? ਮਤਲਬ ਸਾਨੂੰ ਲੱਗਦਾ ਹੀ ਕੁਛ ਨਹੀਂ ਸੀ, ਸੇਫ ਹੀ ਨਹੀਂ ਹੈਗੇ। ਜਿਹੜਾ ਬੰਦਾ ਆਪਣੇ ਘਰ 'ਚ ਨਹੀਂ ਸੇਫ ਹੈਗਾ ਉਹ ਕਿੱਥੇ ਸੇਫ ਹੋਏਗਾ? ਇੱਥੇ ਹੋਸਪਿਟਲ 'ਚ ਸੇਫ ਹੈ ਉਹ? ਇਹ ਚੀਜ਼ ਦੀ ਵੀ ਆਪਾਂ ਕੋਈ ਗਰੰਟੀ ਨਹੀਂ ਲੈ ਸਕਦੇ ਵੀ ਇੱਥੇ ਸੇਫ ਹੈਗੇ ਉਹ। ਪਤਾ ਨਹੀਂ ਜਿਹੜੇ ਘਰ ਅੰਦਰ ਆ ਕੇ ਫਾਇਰਿੰਗ ਕਰਨ ਦੇ ਕੀ ਸੇਫ ਹੈਗੇ ਉਹ? ਤੁਹਾਡਾ ਨਿੱਜੀ ਪਰਿਵਾਰਕ ਮਾਮਲੇ ਦਾ ਵੀ ਜ਼ਿਕਰ ਕੀਤਾ ਜਾ ਰਿਹਾ, ਤੁਹਾਨੂੰ ਉਹਨਾਂ ਲੋਕਾਂ ਦੇ ਉਹਨਾਂ ਦੇ ਤੇ ਡਾਊਟ ਹੈਗਾ ਹੀ ਹੈਗਾ ਕਿ ਹੋ ਸਕਦਾ ਉਹਨਾਂ ਨੇ ਕਰਵਾਇਆ ਹੋਵੇ, ਕਿਉਂਕਿ ਉਹ ਕਹਿੰਦੇ ਰਹਿੰਦੇ ਸੀ ਆਹ ਕਰਨਾ ਉਹ ਕਰਨਾ, ਹੋ ਸਕਦਾ ਉਹਨਾਂ ਦਾ ਵੀ ਹੋਵੇ। ਉਹਨਾਂ ਨੂੰ ਕੋਈ ਧਮਕੀ ਜਾਂ ਕੋਈ ਫਰੌਤੀ ਦੀ ਆਈ? ਉਦਾਂ ਫਰੌਤੀ ਦੀ ਨਹੀਂ, ਉਦਾਂ ਉਧਰੋਂ ਹੀ ਕਾਲ ਆਉਂਦੀ ਸੀ, ਉਧਰੋਂ ਕੋਈ ਨਹੀਂ ਗਿਆ ਇਹਨਾਂ ਦਾ ਕਿਸੇ ਨਾਲ। ਤੁਹਾਨੂੰ ਲੱਗਦਾ ਕਿ ਹੁਣ ਪੁਲਿਸ ਉਹਨਾਂ ਨੂੰ ਬੇਨਕਾਬ ਕਰੇਗੀ? ਸ਼ਾਇਦ ਹੋ ਸਕਦਾ, ਹੁਣ ਪੁਲਿਸ ਦੇ ਹੱਥੀ ਇਹ ਕਰਨਗੇ ਤੇ ਵੇਖੋ, ਹੁਣ ਸਾਰਾ ਕੁਝ ਫੁਟੇਜ ਸਾਹਮਣੇ ਆਈ ਹੋਈ ਆ, ਸਾਰਾ ਕੁਝ ਵੇਖਿਆ ਹੈ। ਪਰ ਜਿਸ ਤਰ੍ਹਾਂ ਪੁਲਿਸ ਨੇ ਦੱਸਿਆ ਕਿ ਉਹ ਜਿਹੜੇ ਬੰਦੇ ਆ ਕੇ ਗੱਡੀ ਦੇ ਉਹਨਾਂ ਨੇ ਕਾਗਜ਼ ਮੰਗੇ, ਗੱਡੀ ਦਾ ਕਹਿੰਦੇ ਕਿ ਗੱਡੀ ਤੁਸੀਂ ਕਿੱਥੋਂ ਲਈ, ਕਿੱਦਾਂ ਗੱਡੀ ਦੀ ਗੱਲ ਕੀਤੀ, ਉਸ ਤੋਂ ਬਾਅਦ ਅੰਦਰ ਲੈ ਆਏ ਗਨ ਪੁਆਇੰਟ ਤੇ, ਹੋਰ ਇਹ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ।